ਪਹਿਲੀ 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 ਅਦਰ ਕੁੜੀਆਂ ਦਾ ਮੁਕਾਬਲਾ ਜਿਹੜਾ ਸ਼ੁਰੂ ਹੋ ਗਿਆ ਹੈ। ਹੱਥ ਖੜ ਕਰ ਵੀ ਅੰਜਲੀ ਪਹਿਲਵਾਨ ਪੇਸ਼ਾ ਔਰ ਦੀਕਸ਼ਾ ਪਹਿਲਵਾਨ ਜੱਜਾ ਕੋਠੀ। ਇੱਕ ਵਾਰ ਜ਼ੋਰ ਦੀ ਤਾੜੀਆਂ ਲਾ ਦੋ ਬਈ। ਐਸੇ ਇਲਾਕੇ ਦੀ ਜਿਹੜੀਆਂ ਬੱਬਰ ਸ਼ੇਰ ਕੁੜੀਆਂ ਨੇ, ਬੋਲੋ ਲੱਖ ਦਾਤਾ ਪੀਰ ਕੀ। ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ, ਬਹੁਤ ਬਹੁਤ ਧੰਨਵਾਦ ਹੈ। ਲਓ ਬਈ ਨਜ਼ੀਰ ਤੇ ਇਰਸ਼ਾਦ ਮਾਰੋ, ਹੱਲਾ ਬਹੁਤ ਸਮਾਂ ਹੋ ਗਿਆ ਹੈ। ਸ਼ਾਬਾਸ਼, ਬਾਈ ਤੋਂ ਬਾਅਦ ਬਿਲਕੁਲ ਤਿਆਰ ਬਰਤਿਆਰ ਹੋ ਜਾਓ। ਸੋਨੂੰ ਪਹਿਲਵਾਨ ਨਖਰੋੜ ਦੇ ਨਾਲ ਰੋਸ਼ਨ ਪਹਿਲਵਾਨ ਬਖੇਗੜ ਬਿਲਕੁਲ ਤਿਆਰ ਬਰਤਿਆਰ ਹੋ ਜਾਓ। ਉਸ ਤੋਂ ਬਾਅਦ ਸਲਮਾਨ ਪਹਿਲਵਾਨ ਯੂਪੀ, ਆਸ਼ੀ ਪਹਿਲਵਾਨ ਟਿਕਰੀਗੜ ਬਿਲਕੁਲ ਤਿਆਰ ਬਰਤਿਆਰ ਹੋ ਜਾਓ ਸਾਰੇ ਦੇ ਸਾਰੇ ਮਲ ਬਾਈ। ਸ਼ਾਬਾਸ਼ 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 ਨਜ਼ੀਰ ਮਾਰ ਹੱਲਾ, ਸ਼ਾਬਾਸ਼ ਬੱਲੇ 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 ਬੱਲੇ। ਅਦਰ ਕੁੜੀਆਂ ਦੇ ਦਰਮਿਆਨ ਵੀ ਕਹਿ ਲਓ ਬਈ ਕਾਂਟੇ ਦੀ ਟੱਕਰ, ਹਾਂਜੀ ਬਰਾਬਰ ਹੈ, ਅਦਰ ਕੁਸ਼ਤੀ ਜਿਹੜੀ ਬਰਾਬਰ ਹੈ ਬਈ। ਸਲਮਾਨ ਪਹਿਲਵਾਨ ਯੂ ਸੋਨੂੰ ਤੇ ਰੋਸ਼ਨ ਆ ਜਾਓ ਬਈ, ਇਸ ਤੋਂ ਬਾਅਦ ਬਈ ਦਰਸ਼ਕੋ ਥੋੜ੍ਹਾ ਪਿੱਛੇ ਪਿੱਛੇ ਹੋ ਜਾਓ ਪਲੀਜ਼। ਅਦਰ ਨਜ਼ੀਰ ਪਹਿਲਵਾਨ ਕੱਲ ਫੇਲ ਬੜਾ ਜਿਹੜਾ ਜਿੱਤ ਪ੍ਰਾਪਤ ਕਰ ਗਿਆ ਬਈ, ਥੋੜ੍ਹਾ ਪਿੱਛੇ ਪਿੱਛੇ ਹੋ ਜਾਓ ਪਲੀਜ਼। ਬਈ ਸੋਨੂੰ ਨਖਰੋੜ ਦੇ ਨਾਲ ਆਰ ਰੋਸ਼ਨ ਪਹਿਲਵਾਨ ਬਫੇਗੜ ਆ ਜਾਓ ਵੀ ਜਲਦੀ ਨਾਲ। ਅਗਰ ਕੁੜੀਆਂ ਦੇ ਦਰਮਿਆਨ ਵੀ ਬਹੁਤ ਹੀ ਵਧੀਆ ਮੁਕਾਬਲੇ ਚੱਲਦਾ ਹੈ। ਅੰਜਲੀ ਪਹਿਲਵਾਨ ਪੀਸਾ ਤੇ ਪੁਕਸ਼ਾ ਪਹਿਲਵਾਨ ਜੱਜਾ ਕੋਠੀ ਦੇ ਦਰਮਿਆਨ ਬਹੁਤ ਹੀ ਵਧੀਆ ਮੁਕਾਬਲਾ ਚੱਲਦਾ ਹੈ। ਸ਼ਾਬਾਸ਼, ਲਓ ਇੱਕ ਰੈਫਰੀ ਆ ਵੀ ਕਿਸ਼ਤੀ ਸ਼ੁਰੂ ਕਰਵਾ ਦਿਓ ਜੀ। ਹੱਥ ਖੜਾ ਕਰਦੇ ਬਈ ਰੋਸ਼ਨ ਪਹਿਲਵਾਨ ਬਖੇਗੜਾ ਔਰ ਸੋਨੂੰ ਪਹਿਲਵਾਨ ਨਖਰੋੜ, ਸ਼ਾਬਾਸ਼ ਮਾਰੋ ਹਲਾ। ਬਈ ਇਸ ਤੋਂ ਬਾਅਦ ਆਸ਼ੂ ਪਹਿਲਵਾਨ ਡਿਗਰੀਗੜ੍ਹ ਦੇ ਨਾਲ ਸਲਮਾਨ ਪਹਿਲਵਾਨ ਯੂਪੀ ਬਿਲਕੁਲ ਤਿਆਰ ਬਰਤਿਆਰ ਹੋ ਜਾ ਬਈ। ਬਈ ਆਸ਼ੂ ਪਹਿਲਵਾਨ ਡਿਗਰੀਗੜ੍ਹ ਜਲਦੀ ਨਾਲ ਅਖਾੜੇ ਦੇ ਨੇੜੇ ਆ ਜਾ ਬਈ। ਉਧਰ ਅੰਜਲੀ ਦੇ ਦੀਕਸ਼ਾ ਦੇ ਦਰਮਿਆਨ ਵੀ ਵਧੀਆ ਕੁਸ਼ਤੀ ਚੱਲਦੀ ਹੈ। ਸਾਰਸ ਮਾਰੋ ਹੱਲਾ। ਭਾਈ ਦਰਸ਼ਕੋ ਪਿੱਛੇ ਹੋ ਜਾਓ ਪਲੀਜ਼, ਪਿੱਛੇ ਦਰਸ਼ਕੋ ਜਾਂ ਬੈਠ ਕੇ ਬੈਠ ਜਾਓ, ਆਪਣੀ ਆਪਣੀ ਜਗ੍ਹਾ ਤੇ ਬੈਠ ਜਾਓ ਪਲੀਜ਼। ਉਧਰ ਬੱਲੇ 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 ਬੱਲੇ। ਉਧਰ ਅੰਜਲੀ ਦੇ ਦੀਕਸ਼ਾ ਦੇ ਦਰਮਿਆਨ ਵੀ ਮੁਕਾਬਲਾ ਵਧੀਆ ਚੱਲਦਾ ਹੈ। ਸ਼ਾਬਾਸ਼ ਬਈ ਸਲਮਾਨ ਪਹਿਲਵਾਨ ਯੂਪੀ ਦੇ ਨਾਲ ਆਸ਼ੂ ਪਹਿਲਵਾਨ ਟਿਗਰੀਗੜ੍ਹ ਆ ਜਾਓ ਵੀ ਜਲਦੀ ਨਾਲ। ਬਈ ਆਸ਼ੂ ਤੇ ਸਲਮਾਨ ਅਖਾੜ ਵਿੱਚ ਪੁੱਜੇ ਵੀ ਜਲਦੀ ਨਾਲ। ਉਧਰ ਰੋਸ਼ਨ ਪਹਿਲਵਾਨ ਬਖੇਗੜ੍ਹ ਤੇ ਸੋਨੂੰ ਪਹਿਲਵਾਨ ਨਖਰੋੜ ਦੇ ਦਰਮਿਆਨ ਮੁਕਾਬਲਾ ਚੱਲਦਾ ਹੈ। ਬਈ ਆਸ਼ੀ ਪਹਿਲਵਾਨ ਡਿਗਰੀਗੜ੍ਹ ਜਲਦੀ ਨਾਲ ਅਖਾੜੇ ਵਿੱਚ ਪੁੱਜੇ ਬਈ।
ਆਸ਼ੀ ਪਹਿਲਵਾਨ ਤੇ ਸਲਮਾਨ ਆ ਜਾਓ ਵੀ ਜਲਦੀ ਨਾਲ। ਅਗਰ ਅੰਜਲੀ ਤੇ ਦੀਕਸ਼ਾ ਦੇ ਦਰਮਿਆਨ ਕੁਸ਼ਤੀ ਚੱਲਦੀ ਹੈ, ਸ਼ਾਬਾਸ਼। ਸ਼ਾਬਾਸ਼ ਬਈ, ਤਾਲੇ ਵਿੱਚ ਪੱਤੀ ਮਾਰੋ ਹੱਲਾ। ਸ਼ਾਬਾਸ਼ 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 ਸ਼ਾਬਾਸ਼। ਅਗਰ ਰੋਸ਼ਨ ਤੇ ਸੋਨੇ ਦੇ ਦਰਮਿਆਨ ਵੀ ਬਹੁਤ ਵਧੀਆ ਮੁਕਾਬਲਾ ਚੱਲਦਾ ਹੈ, ਔਰ ਪੱਤੀ ਪਹਿਲਵਾਨ ਕੀਸਾ ਤੇ ਤਾਲਿਬ ਪਹਿਲਵਾਨ ਜੱਜਾ ਕੋਠੀ ਦੇ ਦਰਮਿਆਨ ਕੁਸ਼ਤੀ ਚੱਲਦੀ ਹੈ, ਔਰ ਦੂਸਰੇ ਪਾਸੇ ਕੁੜੀਆਂ ਦੇ ਦਰਮਿਆਨ ਜਿਹੜਾ ਮੁਕਾਬਲਾ ਹੈ, ਦੀਕਸ਼ਾ ਪਹਿਲਵਾਨ ਤੇ ਅੰਜਲੀ ਪਹਿਲਵਾਨ, ਬੱਲੇ ਬੱਲੇ ਬੱਲੇ। ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼। ਆਦਰ ਅੱਜ ਕੁਛ ਨਹੀਂ ਹੋਇਆ, ਬੱਚਾ ਜੋ ਵੀ ਕੁੜੀਓ ਬੱਚਾ ਜੋ ਢੋਲੀ 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 ਆਗੂ ਪਹਿਲਵਾਨ ਹਲਡੇ ਵਾਲਾ ਖੜੇ ਵਿੱਚ ਬੱਚੇ ਜਲਦੀ ਨਾਲ। ਆਗੂ ਪਹਿਲਵਾਨ ਹਲਡੇ ਵਾਲਾ, ਆਗੂ ਪਹਿਲਵਾਨ ਹਲਡੇ ਵਾਲਾ ਭਈਆ ਖੜੇ ਵਿੱਚ ਪੁੱਜੇ ਜਲਦੀ ਨਾਲ। ਉਧਰ ਅੰਜਲੀ ਤੇ ਦੀਕਸ਼ਾ ਮਾਰੋ ਹੱਲਾ। ਸ਼ਾਬਾਸ਼। ਉਧਰ ਅੰਜਲੀ ਪਹਿਲਵਾਨ ਤੀਸੇ ਵਾਲੀ ਜਿਹੜੀ ਜਿੱਤ ਪ੍ਰਾਪਤ ਕਰੀ ਹੈ, ਥੋੜਾ ਪਿੱਛੇ ਪਿੱਛੇ ਹੋ ਜਾ ਪਲੀਜ਼। ਲਓ ਢੋਲੀ। नमस्कार साथियों, क्या हाल चाल है? उम्मीद करता हूँ आप सब मस्त होंगे, स्वस्थ होंगे। तो साथियों, अभी आप जो ये वीडियो देख रहे थे, ये थी हमारे तरेला की वीडियो, कुश्ती दंगल की वीडियो, और इसमें आपको दिखाई गई लड़कियों की कुश्ती, विशेषकर ये कुश्ती थी अंजलि वर्सेस दीक्षा के बीच में। काफ़ी ज़बरदस्त कुश्ती रही। आपको कैसी लगी ये कुश्ती कमेंट करके ज़रूर बताना, मुझे आपके कमेंट का इंतज़ार रहेगा। मिलते हैं अगली वीडियो में, तब तक के लिए जय हिंद, जय हिमाचल, जय चुरा।